ਸ਼੍ਰੀਕਾਲ ਦੇਸ਼ ਵਿਦੇਸ਼ ਵਿੱਚ ਆਪਣਾ ਪੰਜਾਬ ਐਨਆਰਆਈ ਟੀਵੀ ਚੈਨਲ ਦੇਖ ਰਹੇ ਦਰਸ਼ਕਾਂ ਦਾ ਮੈਂ ਤਨਵੀਰ ਕੌਰ ਸਵਾਗਤ ਕਰਦੀ ਹਾਂ। ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਅਮਰੀਕਾ 'ਚ ਮਿਸ਼ੋਰੀ ਦੇ ਇੱਕ ਕਲੱਬ 'ਚ ਗੋਲੀਬਾਰੀ, ਇੱਕ ਵਿਅਕਤੀ ਦੀ ਹੋਈ ਮੌਤ ਤੇ 4 ਵਿਅਕਤੀ ਹੋਏ ਜ਼ਖਮੀ। ਬ੍ਰਿਟੇਨ, ਕੈਨੇਡਾ ਤੇ ਮਿਆਂਮਾਰ ਦੇ ਜਰਨਲਾਂ ਤੇ ਲਾਈ ਪਾਬੰਦੀ। ਕੋਰੋਨਾ ਦਾ ਕਹਿਰ, ਅਮਰੀਕਾ 'ਚ ਜਾਨ ਗਵਾਉਣ ਵਾਲੇ 5 ਲੱਖ ਲੋਕਾਂ ਨੂੰ ਸ਼ਰਧਾਂਜਲੀ ਦੇਣਗੇ ਬਾਈਡਨ। ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਤੇ ਨਵਰੀਤ ਸਿੰਘ ਦੀ ਯਾਦ 'ਚ ਕਰਵਾਇਆ ਗਿਆ ਸਮਾਗਮ। ਕੇਬਲ ਪਖਤੂਨਖਵਾ 'ਚ ਬੰਦ ਪਏ ਗੁਰਦੁਆਰੇ ਦੀ ਹੋਵੇਗੀ ਮੁਰੰਮਤ। ਰੂਸ 'ਚ ਮਾਸਕੋ ਅਦਾਲਤ ਵੱਲੋਂ ਸਜ਼ਾ ਖਿਲਾਫ਼ ਨਵਾਲਨੀ ਦੀ ਅਪੀਲ ਖਾਰਜ। ਪੁਤੀਨ ਦੇ ਪਾਬੰਦੀਆਂ ਬਾਰੇ ਸਹਿਮਤੀ ਬਣਾ ਸਕਦੇ ਨੇ ਯੂਰਪੀ ਆਗੂ। ਅਫਗਾਨਿਸਤਾਨ 'ਚ 2 ਬੰਬ ਧਮਾਕਿਆਂ 'ਚ 3 ਹਲਾਕ, 20 ਲੋਕ ਹੋਏ ਜ਼ਖਮੀ। ਨਾਈਜੀਰੀਆ 'ਚ ਫੌਜ ਦਾ ਜਹਾਜ਼ ਹਾਦਸੇ ਦਾ ਸ਼ਿਕਾਰ, 7 ਲੋਕਾਂ ਦੀ ਹੋਈ ਮੌਤ। ਕਟਾਰੀਆ ਖੁਦਕੁਸ਼ੀ ਮਾਮਲੇ 'ਚ ਆਇਆ ਨਵਾਂ ਮੋੜ, ਪਤਨੀ ਸ਼ੀਨਮ ਨੇ ਰਾਜਾ ਵੜਿੰਗ ਤੇ ਡਿੰਪੀ ਦੇ ਲਾਏ ਗੰਭੀਰ ਦੋਸ਼। ਪੈਟਰੋਲ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਤੇ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ। ਕੋਰੋਨਾ ਆਫ਼ਤ ਦੌਰਾਨ ਮਹਾਰਾਸ਼ਟਰ 'ਚ ਤਾਲਾਬੰਦੀ ਨੂੰ ਲੈ ਕੇ ਸੀਐਮ ਉਧਵ ਠਾਕਰੇ ਜਲਦ ਲੈਣਗੇ ਫੈਸਲਾ। ਦਿੱਲੀ ਗੁਰਦੁਆਰਾ ਕਮੇਟੀ ਦੇ ਯਤਨਾਂ ਸਦਕਾ 8 ਹੋਰ ਕਿਸਾਨ ਤਿਹਾੜ ਜੇਲ੍ਹ 'ਚੋਂ ਰਿਹਾ। ਰਾਕੇਸ਼ ਟਿਕੈਤ ਨੇ ਦਿੱਤਾ ਸਵਾਦੇਸ਼ੀ ਅਪਣਾਓ ਦਾ ਨਾਅਰਾ, ਕਿਸਾਨ ਲਈ ਖੁਦ ਕੱਢੀ ਗੰਨੇ ਦੀ ਰਿਓ। ਤਰੁਣ ਚੁੱਗ ਨੇ ਕਿਹਾ ਮਹਿੰਗਾਈ ਤੇ ਗਵਾਰਾ ਵਾਂਗ ਡਰਾਮਾ ਕਰ ਰਹੇ ਨੇ ਰਾਹੁਲ ਤੇ ਪ੍ਰਿਯੰਕਾ ਗਾਂਧੀ। ਸੁਖਬੀਰ ਬਾਦਲ ਨੇ ਕਿਹਾ ਕੈਪਟਨ ਨੇ ਗੁਰਦਾ ਸਾਹਿਬ ਦੀ ਝੂਠੀ ਸੌਂਹ ਖਾ ਕੇ ਕਿਸਾਨਾਂ ਦੀ ਪਿੱਠ 'ਚ ਮਾਰਿਆ ਛੁਰਾ। ਟਰੱਕ ਨੇ ਦਿੱਲੀ ਜਾ ਰਹੀ ਟਰੈਕਟਰ ਟਰਾਲੀ ਨੂੰ ਮਾਰੀ ਫੇਰ, ਕਿਸਾਨ ਦੀ ਹੋਈ ਮੌਤ। ਪੰਜਾਬ 'ਚ ਐਤਵਾਰ ਨੂੰ ਕੋਰੋਨਾ ਦੇ 348 ਨਵੇਂ ਮਾਮਲੇ ਆਏ ਸਾਹਮਣੇ, 6 ਲੋਕਾਂ ਦੀ ਹੋਈ ਮੌਤ। ਕੋਰੋਨਾ ਦਾ ਮੁੜ ਵਧਿਆ ਖਤਰਾ, ਆਸਾਮ ਦਾ ਸਕੂਲ 7 ਦਿਨਾਂ ਲਈ ਹੋਇਆ ਸੀਲ। ਗੁਰਲਾਲ ਪਹਿਲਵਾਨ ਕਤਲਕਾਂਡ 'ਚ ਸ਼ੂਟਰ ਸੁਖਵਿੰਦਰ ਸਣੇ 3 ਗ੍ਰਿਫ਼ਤਾਰ, ਹੋਇਆ ਵੱਡਾ ਖੁਲਾਸਾ। ਅੱਜ ਸਾਡੇ ਖਾਸ ਖ਼ਬਰਾਂ 'ਚ ਇੰਨਾ ਹੀ, ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਮੈਨੂੰ ਦਿਓ ਇਜਾਜ਼ਤ, ਧੰਨਵਾਦ। ਦੇਸ਼ ਦੁਨੀਆ ਦੀ ਹਰ ਖਬਰ ਤੇ ਨਜ਼ਰ ਰੱਖਣ ਦੇ ਲਈ ਹੁਣ ਸਾਡਾ ਡੇਲੀ ਇੰਟਰਨੈਸ਼ਨਲ ਐਡੀਸ਼ਨ ਪੜ੍ਹਨ ਦੇ ਲਈ ਲੌਗਇਨ ਕਰੋ ਸਾਡੀ ਵੈਬਸਾਈਟ ਤੇ www.apnapunjabmedia.com ਤੇ ਤੇਸੇ ਦੇ ਨਾਲ ਹੀ ਤੁਸੀਂ ਇੱਥੇ ਸਾਡਾ ਡੇਲੀ ਈ-ਪੇਪਰ ਵੀ ਪੜ੍ਹ ਸਕਦੇ ਹੋ ਤੇ ਜਲਦ ਹੀ ਵਿਜ਼ਿਟ ਕਰੋ ਸਾਡੀ ਵੈਬਸਾਈਟ ਤੇ।